ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਡਜ ਲਰਨਿੰਗ ਪੁਆਇੰਟ 'ਤੇ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੀ ਬਹੁ ਅਰਥਕ ਸ਼ਬਦ ਕਰਨ ਜਾ ਰਹੇ ਹਾਂ ਜੀ। ਸਭ ਤੋਂ ਪਹਿਲਾਂ ਜਾਣਦੇ ਹਾਂ ਜੀ ਬਹੁ ਅਰਥਕ ਸ਼ਬਦ ਕੀ ਹੁੰਦੇ ਹਨ ਜੀ। ਬਹੁ ਅਰਥਕ ਸ਼ਬਦ ਉਹ ਹੁੰਦੇ ਹਨ ਜੀ ਜਿਹੜੇ ਸ਼ਬਦ ਤਾਂ ਇੱਕੋ ਹੀ ਹੁੰਦੇ ਹਨ ਜੀ ਪਰ ਉਹਨਾਂ ਦਾ ਮੀਨਿੰਗ ਅਲੱਗ ਅਲੱਗ ਨਿਕਲਦਾ ਹੁੰਦਾ ਜੀ। ਸ਼ੁਰੂ ਕਰਦੇ ਹਾਂ ਜੀ। ਅਤੇ ਆਪਣੇ ਟੈਲੀਗ੍ਰਾਮ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ। ਅਗਰ ਇਸ ਵੀਡੀਓ ਦੀ PDF ਚਾਹੀਦੀਆਂ ਜਾਂ ਪਹਿਲਾਂ ਵਾਲੀਆਂ ਕੋਈ ਵੀ PDF ਚਾਹੀਦੀਆਂ ਜੀ ਉਹਦੇ ਲਈ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ ਜੀ। ਵੱਧ ਤੋਂ ਵੱਧ ਵੀਡੀਓ ਸ਼ੁਰੂ ਕਰਦੇ ਹਾਂ ਜੀ। ਪਹਿਲਾ ਹੈ ਜੀ ਉਲਟੀ। ਰਸਤੇ ਵਿੱਚ ਬੱਸ ਉਲਟੀ ਪਈ ਸੀ। ਦੂਸਰਾ ਕਹਿੰਦਾ ਜੀ ਮੇਰੀ ਕਹੀ ਹੋਈ ਸਿੱਧੀ ਗੱਲ ਵੀ ਉਸਨੂੰ ਉਲਟੀ ਜਾਪਦੀ ਹੈ। ਤੀਸਰਾ ਜੀ ਜ਼ਿਆਦਾ ਖਾਣ ਕਰਕੇ ਬੱਚੇ ਨੂੰ ਉਲਟੀ ਆ ਗਈ। ਅਗਲਾ ਜੀ ਬਾਲਟੀ ਨੂੰ ਖਾਲੀ ਕਰੋ ਅਤੇ ਉਲਟੀ ਕਰਕੇ ਰੱਖ ਦਿਓ। ਦੂਸਰਾ ਹੈ ਜੀ ਅੱਕ। ਸੁਰਿੰਦਰ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਅੱਕ ਗਿਆ ਹਾਂ। ਅੱਜ ਮੈਂ ਸਾਰਾ ਦਿਨ ਪੜ੍ਹਦੀ ਪੜ੍ਹਦੀ ਅੱਕ ਗਈ ਹਾਂ। ਤੀਜੇ ਨੰਬਰ 'ਤੇ ਜੀ ਅੱਕ ਤਾਂ ਬੰਜਰ ਜ਼ਮੀਨ ਵਿੱਚ ਵੀ ਉੱਗ ਪੈਂਦੇ ਹਨ। ਅੱਗੇ ਜੀ ਅੰਗ। ਜੋ ਮਿਹਨਤ ਕਰਦਾ ਹੈ ਪਰਮਾਤਮਾ ਉਸ ਦੇ ਅੰਗ ਸੰਗ ਰਹਿੰਦਾ ਹੈ। ਅਗਲਾ ਜੀ ਦਿਲ ਸਰੀਰ ਦਾ ਮਹੱਤਵਪੂਰਨ ਅੰਗ ਹੈ। ਤੀਜੇ ਨੰਬਰ 'ਤੇ ਵਿਆਹ ਸਮੇਂ ਸਾਰੇ ਅੰਗ ਸਾਗ ਇਕੱਠੇ ਹੋ ਜਾਂਦੇ ਹਨ। ਅੱਗੇ ਜੀ ਅੱਗਾ। ਇਸ ਕੁੜਤੇ ਦਾ ਅੱਗਾ ਤਾਂ ਠੀਕ ਹੈ ਪਰ ਪਿੱਛਾ ਫਟਿਆ ਹੋਇਆ ਹੈ। ਦੂਸਰਾ ਜੀ ਸੰਤ ਜਨ ਆਪਣਾ ਅੱਗਾ ਸੁਧਾਰ ਲੈਂਦੇ ਹਨ। ਤੀਸਰਾ ਜੀ ਸਮਝਦਾਰ ਆਦਮੀ ਅੱਗਾ ਪਿੱਛਾ ਵੇਖ ਕੇ ਗੱਲ ਕਰਦਾ ਹੈ। ਠੀਕ ਹੈ ਜੀ। ਅੱਗੇ ਦਾ ਸ਼ਬਦ ਹੈ ਜੀ ਸੰਗ। ਹੱਥੀਂ ਕੰਮ ਕਰਦਿਆਂ ਸੰਗ ਕਾਹਦੀ। ਦੂਸਰਾ ਜੀ ਤਾਜ ਮਹਿਲ ਸੰਗਮਰਮਰ ਦਾ ਬਣਿਆ ਹੋਇਆ ਹੈ। ਤੀਸਰਾ ਜੀ ਹਮੇਸ਼ਾ ਚੰਗੇ ਬੰਦਿਆਂ ਦਾ ਸੰਗ ਕਰੋ। ਅਗਲਾ ਸ਼ਬਦ ਹੈ ਜੀ ਸੱਤ। ਮੇਰੀ ਕਹੀ ਗੱਲ ਉਸਨੇ ਸੱਤ ਬਚਨ ਕਹਿ ਕੇ ਮੰਨ ਲਈ। ਦੂਸਰਾ ਜੀ ਪੁਦੀਨੇ ਦਾ ਸੱਤ ਪੇਟ ਦੀਆਂ ਕਈ ਬਿਮਾਰੀਆਂ ਲਈ ਵਧੀਆ ਹੈ। ਅਗਲਾ ਜੀ ਲੰਮੀ ਬਿਮਾਰੀ ਤੋਂ ਬਾਅਦ ਸੁਰਿੰਦਰ ਦੇ ਸਰੀਰ ਵਿੱਚ ਸੱਤ ਨਹੀਂ ਰਿਹਾ। ਅਗਲਾ ਸ਼ਬਦ ਜੀ ਸਰ। ਇਸ ਵਾਰੀ ਪਹਿਲੀ ਸਰ ਮੇਰੀ ਹੈ। ਅਗਲਾ ਜੀ ਉਸ ਦਾ ਥੋੜ੍ਹੇ ਪੈਸਿਆਂ ਨਾਲ ਹੀ ਕੰਮ ਸਰ ਗਿਆ। ਅੱਗੇ ਜੀ ਟੈਗੋਰ ਨੇ ਜਲਿਆਂਵਾਲਾ ਬਾਗ ਦੇ ਦੁਖਾਂਤ ਪਿੱਛੋਂ ਸਰਕਾਰ ਨੇ ਸਰ ਦਾ ਖਿਤਾਬ ਵਾਪਸ ਕਰ ਦਿੱਤਾ। ਚੌਥਾ ਨੰਬਰ ਜੀ ਇਸ ਸਰ ਦਾ ਪਾਣੀ ਬਹੁਤ ਠੰਡਾ ਹੈ। ਪੰਜਵਾਂ ਨੰਬਰ ਜੀ ਨਹਿਰਾਂ ਦੇ ਕੰਢੇ ਬਹੁਤ ਸਰ ਉੱਗਿਆ ਹੋਇਆ ਹੈ। ਅਗਲਾ ਸ਼ਬਦ ਜੀ ਸਾਰ। ਕਵਿਤਾ ਜਾਂ ਕਹਾਣੀ ਦਾ ਸਾਰ ਲਿਖੋ। ਉਹ ਖਾਣਾ ਖਾਣ ਸਾਰ ਕੰਮ ਵਿੱਚ ਜੁੱਟ ਗਿਆ। ਗਰੀਬ ਦੀ ਕੌਣ ਸਾਰ ਲੈਂਦਾ ਹੈ। ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਕੋਈ ਔਖਿਆਂ ਹੋ ਕੇ ਸਾਰ ਰਿਹਾ ਹੈ। ਅਗਲਾ ਸ਼ਬਦ ਹੈ ਜੀ ਸੂਆ।
ਸਾਡੀ ਮੱਝ ਦਾ ਇਹ ਪਹਿਲਾ ਸੂਆ ਹੈ। ਅੱਜ ਕੱਲ੍ਹ ਬੋਰੀਆਂ ਮਸ਼ੀਨਾਂ ਨਾਲ ਸਿਉਂ ਲਈਆਂ ਜਾਂਦੀਆਂ ਹਨ, ਸੂਆ ਘੱਟ ਹੀ ਵਰਤੋਂ ਵਿੱਚ ਆਉਂਦਾ ਹੈ। ਤੀਜਾ ਜੀ, ਬੱਚੇ ਨੇ ਪਹਿਲਾਂ ਸੂਆ ਬੜਾ ਔਖਾ ਕੱਢਿਆ। ਚੌਥਾ ਜੀ, ਨਹਿਰ ਦਾ ਸੂਆ ਸਾਡੇ ਖੇਤ ਦੇ ਵਿਚਕਾਰੋਂ ਲੰਘਦਾ ਹੈ। ਅਗਲਾ ਸ਼ਬਦ ਜੀ, ਸੂਤ। ਬਜ਼ੁਰਗ ਔਰਤ ਚਰਖੇ ਉੱਤੇ ਸੂਤ ਕੱਤ ਰਹੀ ਹੈ। ਦੂਜਾ ਜੀ, ਅੰਤ ਮੇਰਾ ਕੰਮ ਸੂਤ ਆ ਹੀ ਗਿਆ। ਤੀਸਰਾ ਜੀ, ਮੱਕੀ ਦੇ ਸੂਤ ਨਿਕਲ ਆਏ ਹਨ, ਛੇਤੀ ਹੀ ਛੱਲੀਆਂ ਬਣ ਜਾਣਗੀਆਂ। ਚੌਥਾ ਜੀ, ਲਗਾਤਾਰ ਬੁਖਾਰ ਨੇ ਮੇਰੇ ਸਰੀਰ ਦੀ ਤਾਕਤ ਸੂਤ ਲਈ ਹੈ। ਪੰਜਵਾਂ ਜੀ, ਪ੍ਰਿਥਵੀ ਰਾਜ ਚੌਹਾਨ ਨੇ ਤਲਵਾਰ ਸੂਤ ਲਈ। ਅਗਲਾ ਸ਼ਬਦ ਹੈ ਜੀ, ਹਾਰ। ਖੇਡ ਤਾਂ ਖੇਡਣ ਲਈ ਖੇਡੀ ਦੀ ਹੈ, ਹਾਰ ਜਿੱਤ ਲਈ ਨਹੀਂ। ਦੂਜਾ ਜੀ, ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਮਰਥਕਾਂ ਨੇ ਨੇਹਾ ਦੇ ਗਲੇ ਵਿੱਚ ਹਾਰ ਪਾਈ। ਤੀਸਰਾ ਜੀ, ਉਸ ਨੇ ਨੌਕਰੀ ਲਈ ਬਹੁਤ ਨੱਠ ਭੱਜ ਕੀਤੀ ਪਰ ਨੌਕਰੀ ਨਾ ਮਿਲੀ, ਉਹ ਹਾਰ ਕੇ ਨਹੀਂ ਬੈਠਿਆ ਸਗੋਂ ਆਪਣੀ ਦੁਕਾਨ ਖੋਲ੍ਹ ਲਈ। ਅਗਲਾ ਸ਼ਬਦ ਹੈ ਜੀ, ਹਾਲ। ਉਸ ਨੂੰ ਮਿਲਦੇ ਸਾਰ ਹੀ ਮੈਂ ਪੁੱਛਿਆ, ਸੁਣਾਓ ਤੁਹਾਡਾ ਕੀ ਹਾਲ ਹੈ। ਦੂਜਾ ਜੀ, ਪਹੀਏ ਦਾ ਹਾਲ ਗਰਮ ਕਰਕੇ ਚੜਾਇਆ ਜਾਂਦਾ ਹੈ। ਤੀਸਰਾ ਜੀ, ਹਾਲ ਦੀ ਘੜੀ, ਤੁਸੀਂ ਇਸੇ ਤਰ੍ਹਾਂ ਹੀ ਕੰਮ ਚਲਾ ਲਓ। ਅਗਲਾ ਸ਼ਬਦ ਜੀ, ਕੱਚਾ। ਇਹ ਸੇਬ ਕੱਚਾ ਹੈ। ਦੂਸਰਾ ਜੀ, ਅਜਿਹਾ ਕੰਮ ਨਾ ਕਰੋ ਜਿਸ ਲਈ ਬਾਅਦ ਵਿੱਚ ਕੱਚਾ ਹੋਣਾ ਪਵੇ। ਤੀਸਰਾ ਜੀ, ਕੱਚਾ ਕੰਮ ਕਾਪੀ ਦੇ ਹਾਸ਼ੀਏ ਵਿੱਚ ਕਰੋ। ਚੌਥਾ ਪੁਆਇੰਟ ਜੀ, ਚੁਫੇਰੇ ਫੇਲੇ ਕੂੜਾ ਕਰਕਟ ਨੂੰ ਵੇਖ ਕੇ ਮੇਰਾ ਜੀ ਕੱਚਾ ਹੋ ਰਿਹਾ ਹੈ। ਅਗਲਾ ਸ਼ਬਦ ਹੈ ਜੀ, ਕਲੀ। ਮੋਤੀਏ ਦੀ ਕਲੀ ਦੀ ਖੁਸ਼ਬੂ ਬਹੁਤ ਚੰਗੀ ਲੱਗਦੀ ਹੈ। ਦੀਵਾਲੀ ਤੋਂ ਪਹਿਲਾਂ ਮੈਂ ਆਪਣੇ ਘਰ ਨੂੰ ਕਲੀ ਕਰਵਾਈ। ਭਾਂਡੇ ਕਲੀ ਕਰਾ ਲਓ, ਗਲੀ ਵਿੱਚੋਂ ਕਿਸੇ ਨੇ ਹੋਕਾ ਦਿੱਤਾ। ਚੌਥਾ ਜੀ, ਗਾਇਕ ਨੇ ਬਹੁਤ ਉੱਚੀ ਹੇਕ ਲਾ ਕੇ ਹੀਰ ਦੀ ਕਲੀ ਗਾਈ। ਅਗਲਾ ਸ਼ਬਦ ਹੈ ਜੀ, ਕਾਲ। ਕਾਲ ਦੀਆਂ ਤਿੰਨ ਕਿਸਮਾਂ ਹਨ, ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖਤ ਕਾਲ। ਦੂਸਰਾ ਪੁਆਇੰਟ ਜੀ, ਰਾਵਣ ਸਮਝਦਾ ਸੀ ਕਿ ਕਾਲ ਉਸਨੇ ਮੰਜੇ ਦੇ ਪਾਵੇ ਨਾਲ ਬੰਨਿਆ ਹੋਇਆ ਹੈ। ਤੀਸਰਾ ਪੁਆਇੰਟ ਜੀ, ਮੀਂਹ ਘੱਟ ਪੈਣ ਨਾਲ ਕਾਲ ਪੈ ਗਿਆ। ਅਗਲਾ ਸ਼ਬਦ ਜੀ, ਕੋਟ। ਕੋਟ ਦੀ ਸਿਲਾਈ ਬਹੁਤ ਮਹਿੰਗੀ ਹੈ। ਦੂਸਰਾ ਜੀ, ਤਿੰਨ ਕੋਟ ਕਰਨ ਤੋਂ ਬਾਅਦ ਕਲੀ ਵਿੱਚ ਸਹੀ ਚਮਕ ਆ ਗਈ। ਤੀਸਰਾ ਜੀ, ਫੌਜਾਂ ਨੇ ਕੋਟ ਵਿੱਚੋਂ ਬਾਹਰ ਆ ਕੇ ਵੈਰੀ ਉੱਤੇ ਹਮਲਾ ਕੀਤਾ। ਅਗਲਾ ਸ਼ਬਦ ਜੀ, ਖੱਟੀ। ਉਸਨੇ ਖੱਟੀ ਚੁੰਨੀ ਲਈ ਹੋਈ ਹੈ। ਦੂਸਰਾ ਜੀ, ਖੱਟੀ ਲੱਸੀ ਦੀ ਕੜੀ ਬਹੁਤ ਵਧੀਆ ਬਣਦੀ ਹੈ। ਅੱਜ ਕੱਲ੍ਹ ਡਾਕਟਰੀ ਪੇਸ਼ੇ ਵਿੱਚ ਖੂਬ ਖੱਟੀ ਹੈ। ਅਗਲਾ ਜੀ, ਇਹ ਸੰਗਤਰਾ ਨਹੀਂ ਖੱਟੀ ਹੈ। ਅਗਲਾ ਸ਼ਬਦ ਹੈ ਜੀ, ਗੋਲਾ।
ਲੜਾਈ ਸਮੇਂ ਗੋਲਾਬਾਰੀ ਵਿੱਚ ਫੌਜੀਆਂ ਦਾ ਬਹੁਤ ਜਾਨੀ ਨੁਕਸਾਨ ਹੋਇਆ। ਦੂਸਰਾ ਜੀ, ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਗੋਲਾ ਸੁੱਟਣ ਵੇਲੇ ਸੋਨੇ ਦਾ ਤਗਮਾ ਹਾਸਲ ਕੀਤਾ। ਤੀਸਰਾ ਜੀ, ਸੂਰਜ ਗੈਸਾਂ ਦਾ ਵੱਡਾ ਗੋਲਾ ਹੈ। ਅਗਲਾ ਸ਼ਬਦ ਹੈ ਜੀ ਘੜੀ, ਮੇਰੀ ਘੜੀ ਖਰਾਬ ਹੋ ਗਈ ਹੈ। ਦੂਸਰਾ ਜੀ, ਇਹ ਗੁੱਲੀ ਤਰਖਾਨ ਨੇ ਘੜੀ ਹੈ। ਤੀਸਰਾ ਜੀ, ਇਸ ਘੜੀ ਦਾ ਪਾਣੀ ਬਹੁਤ ਠੰਡਾ ਹੈ। ਚੌਥਾ ਪੁਆਇੰਟ ਜੀ, ਮੈਂ ਉਸ ਘੜੀ ਨੂੰ ਉਡੀਕ ਰਿਹਾ ਹਾਂ ਜਦੋਂ ਮੇਰਾ ਨਤੀਜਾ ਆਵੇਗਾ। ਅਗਲਾ ਸ਼ਬਦ ਹੈ ਜੀ ਚੱਕ, ਘੁਮਿਆਰ ਚੱਕ ਉੱਤੇ ਮਿੱਟੀ ਦੇ ਭਾਂਡੇ ਬਣਾਉਂਦਾ ਹੈ। ਦੂਸਰਾ ਜੀ, ਸੁੰਦਰ ਸਿੰਘ ਚੱਕ ਨੰਬਰ 20 ਵਿੱਚ ਰਹਿੰਦਾ ਸੀ। ਤੀਸਰਾ ਜੀ, ਬੱਚੇ ਨੇ ਮਾਂ ਦੀ ਬਾਂਹ ਉੱਤੇ ਚੱਕ ਮਾਰਿਆ। ਚੌਥਾ ਜੀ, ਗੁੜ ਬਣਾਉਣ ਲਈ ਚੱਕ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਸ਼ਬਦ ਹੈ ਜੀ ਛਾਪਾ, ਪੁਲਿਸ ਨੇ ਛਾਪਾ ਮਾਰ ਕੇ ਚੋਰੀ ਦਾ ਸਮਾਨ ਫੜ ਲਿਆ। ਦੂਸਰਾ ਜੀ, ਇਸ ਪੁਸਤਕ ਦਾ ਛਾਪਾ ਬਹੁਤ ਬਰੀਕ ਹੈ। ਤੀਸਰਾ ਜੀ, ਕਿਸਾਨ ਨੇ ਛਾਪਾ ਰੱਖ ਕੇ ਲਾਂਘਾ ਬੰਦ ਕਰ ਦਿੱਤਾ। ਚੌਥਾ ਜੀ, ਇਸ ਚਾਦਰ ਉੱਤੇ ਛਾਪਾ ਚੰਗਾ ਉਗੜਿਆ ਹੈ। ਅਗਲਾ ਸ਼ਬਦ ਹੈ ਜੀ ਜੱਗ, ਮੀਂਹ ਨਾ ਪੈਣ 'ਤੇ ਪਿੰਡ ਵਾਲਿਆਂ ਨੇ ਜੱਗ ਕੀਤਾ। ਅਗਲਾ ਪੁਆਇੰਟ ਹੈ ਜੀ ਕਹਾਵਤ ਹੈ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਤੀਜਾ ਪੁਆਇੰਟ ਜੀ, ਪਾਣੀ ਦਾ ਜੱਗ ਭਰ ਕੇ ਮੇਜ਼ ਉੱਤੇ ਰੱਖ ਦਿਓ। ਅਗਲਾ ਪੁਆਇੰਟ ਹੈ ਜੀ ਜੋੜ, ਉਸਨੇ ਪੈਸੇ ਜੋੜ ਕੇ ਕੰਪਿਊਟਰ ਖਰੀਦਿਆ। ਅਗਲਾ ਜੀ, ਇਸ ਪੈਰੇ ਦੇ ਸ਼ਬਦ ਜੋੜ ਠੀਕ ਕਰੋ। ਤੀਸਰਾ ਜੀ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਬਹੁਤ ਪ੍ਰਸਿੱਧ ਹੈ। ਚੌਥਾ ਪੁਆਇੰਟ ਜੀ, ਭਾਰਤੀ ਸੰਸਕ੍ਰਿਤੀ ਵਿੱਚ ਹੱਥ ਜੋੜ ਕੇ ਨਮਸਕਾਰ ਕਰਨਾ ਸਿਖਾਇਆ ਜਾਂਦਾ ਹੈ। ਪੰਜਵਾਂ ਪੁਆਇੰਟ ਜੀ, ਰੋਗੀ ਦਾ ਜੋੜ ਜੋੜ ਦੁੱਖ ਰਿਹਾ ਸੀ। ਅਗਲਾ ਸ਼ਬਦ ਹੈ ਜੀ ਟਿੱਕੀ, ਟਿੱਕੀ ਵਾਲੀ ਸਿਹਾਈ ਦਾ ਰਿਵਾਜ ਹੀ ਮੁੱਕ ਗਿਆ ਹੈ। ਦੂਜਾ ਪੁਆਇੰਟ ਜੀ, ਸੂਰਜ ਦੀ ਟਿੱਕੀ ਨਿਕਲ ਆਈ ਹੈ। ਤੀਜਾ ਪੁਆਇੰਟ ਜੀ, ਬੱਚੇ ਲਈ ਇੱਕ ਟਿੱਕੀ ਪਕਾ ਲਓ। ਚੌਥਾ ਪੁਆਇੰਟ ਜੀ, ਆਲੂਆਂ ਦੀ ਟਿੱਕੀ ਖਾਣ ਵਿੱਚ ਸੁਆਦੀ ਹੁੰਦੀ ਹੈ। ਅਗਲਾ ਪੁਆਇੰਟ ਹੈ ਜੀ ਡੰਡੀ, ਇਹ ਡੰਡੀ ਸਿੱਧੀ ਮੇਰੇ ਪਿੰਡ ਨੂੰ ਜਾਂਦੀ ਹੈ। ਦੂਜਾ ਪੁਆਇੰਟ ਜੀ, ਤੱਕੜੀ ਦੀ ਡੰਡੀ ਤੋਂ ਉਂਗਲ ਪਰੇ ਕਰ ਲਓ। ਤੀਜਾ ਪੁਆਇੰਟ ਜੀ, ਘੀਏ ਦੀ ਡੰਡੀ ਤੋਂ ਪਤਾ ਲੱਗਦਾ ਹੈ ਕਿ ਇਹ ਤਾਜ਼ੀ ਹੈ ਜਾਂ ਬਾਂਸੀ। ਔਰਤ ਨੇ ਕਾਨ ਵਿੱਚ ਸੋਨੇ ਦੀ ਡੰਡੀ ਪਾਈ ਹੋਈ ਹੈ। ਅਗਲਾ ਸ਼ਬਦ ਹੈ ਜੀ ਢੋਲ, ਖੋ ਉੱਤੇ ਲੱਜ ਤਾਂ ਪਈ ਸੀ ਪਰ ਢੋਲ ਨਹੀਂ ਸੀ। ਮੁਸੀਬਤ ਵੇਲੇ ਹਰ ਕੋਈ ਢੋਲ ਜਾਂਦਾ ਹੈ। ਤੀਜਾ ਜੀ, ਜ਼ਖਮੀ ਪੈਰ ਨਾਲ ਤੁਰਨ ਵੇਲੇ ਡੋਲ ਪੈ ਸਕਦੀ ਹੈ। ਅਗਲਾ ਸ਼ਬਦ ਹੈ ਜੀ ਤਰ, ਤਰ ਗਰਮੀ ਦੀ ਰੁੱਤ ਦਾ ਤੋਹਫ਼ਾ ਹੈ। ਦੂਸਰਾ ਜੀ, ਸਾਧ ਸੰਗਤ ਵਿੱਚ ਜਾ ਕੇ ਪਾਪੀ ਵੀ ਤਰ ਜਾਂਦੇ ਹਨ। ਤੀਸਰਾ ਪੁਆਇੰਟ ਜੀ,
ਮਜ਼ਦੂਰ ਨੇ ਪਾਣੀ ਪਾ ਕੇ ਕਹਾਣੀ ਤਰਦ ਕਰ ਦਿੱਤੀ। ਚੌਥਾ ਪੁਆਇੰਟ ਜੀ, ਸਾਗ ਉੱਤੇ ਘਿਓ ਤਰ ਰਿਹਾ ਸੀ। ਅਗਲਾ ਸ਼ਬਦ ਹੈ ਜੀ ਤਾਰ। ਮੋਬਾਈਲ ਫੋਨ ਆਮ ਹੋਣ ਕਰਕੇ ਹੁਣ ਤਾਰ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਦੂਜਾ ਪੁਆਇੰਟ ਜੀ, ਕੱਪੜੇ ਸੁੱਕਣੇ ਪਾਉਣ ਲਈ ਤਾਰ ਬੰਨੀ ਹੋਈ ਹੈ। ਤੀਸਰਾ ਪੁਆਇੰਟ ਜੀ, ਬਿਜਲੀ ਦਾ ਬਿੱਲ ਤਾਰ ਦਿਓ, ਅੱਜ ਆਖਰੀ ਦਿਨ ਹੈ। ਅਗਲਾ ਸ਼ਬਦ ਹੈ ਜੀ ਦੌਰਾ। ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਨੇਤਾ ਜੀ ਨੇ ਹਵਾਈ ਦੌਰਾ ਕੀਤਾ। ਦੂਸਰਾ ਜੀ, ਬੁਰੀ ਖਬਰ ਸੁਣਦੇ ਸਾਰ ਉਸਨੂੰ ਦਿਲ ਦਾ ਦੌਰਾ ਪੈ ਗਿਆ। ਤੀਸਰਾ ਪੁਆਇੰਟ ਜੀ, ਲਲਾਰੀ ਕੱਪੜੇ ਰੰਗਣ ਲਈ ਪਹਿਲਾਂ ਦੌਰਾ ਵਰਤਦੇ ਹਨ। ਅਗਲਾ ਸ਼ਬਦ ਹੈ ਜੀ ਧਾਰ। ਉਹ ਰੋਜ਼ ਸਵੇਰੇ ਮੱਝਾਂ ਦੀ ਧਾਰ ਆਪ ਕੱਢਦਾ ਹੈ। ਦੂਜਾ ਪੁਆਇੰਟ ਹੈ ਜੀ, ਗੁਰੂ ਨਾਨਕ ਦੇਵ ਜੀ ਨੇ ਅਵਤਾਰ ਤਾਰ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਤੀਜਾ ਪੁਆਇੰਟ ਹੈ ਜੀ, ਸਿਮਰਤ ਨੇ ਪੂਰੀ ਮਿਹਨਤ ਕਰਨ ਦੀ ਧਾਰ ਲਈ ਹੈ। ਚੌਥਾ ਪੁਆਇੰਟ ਹੈ ਜੀ, ਸਾਡੇ ਨਲਕੇ ਦੇ ਪਾਣੀ ਦੀ ਧਾਰ ਬਹੁਤ ਪਤਲੀ ਹੈ। ਪੰਜਵਾਂ ਪੁਆਇੰਟ ਹੈ ਜੀ, ਚਾਕੂ ਦੀ ਧਾਰ ਬਹੁਤ ਤੇਜ਼ ਹੈ। ਅਗਲਾ ਸ਼ਬਦ ਹੈ ਜੀ ਪੱਕਾ। ਅਮਰੂਦ ਪੱਕਾ ਹੈ। ਦੂਜਾ ਜੀ, ਇੱਟਾਂ ਅਤੇ ਸੀਮਿੰਟ ਦਾ ਬਣਿਆ ਮਕਾਨ ਪੱਕਾ ਹੁੰਦਾ ਹੈ। ਤੀਜਾ ਪੁਆਇੰਟ ਜੀ, ਉਹ ਮੇਰਾ ਪੱਕਾ ਮਿੱਤਰ ਹੈ। ਚੌਥਾ ਪੁਆਇੰਟ ਜੀ, ਉਸ ਦਾ ਪੱਕਾ ਪਤਾ ਲਿਖ ਦਿਓ। ਪੰਜਵਾਂ ਪੁਆਇੰਟ ਜੀ, ਇਸ ਕੱਪੜੇ ਦਾ ਰੰਗ ਪੱਕਾ ਹੈ। ਛੇਵਾਂ ਜੀ, ਸਰਦਾਰ ਭਗਤ ਸਿੰਘ ਇਰਾਦੇ ਦਾ ਬੜਾ ਪੱਕਾ ਸੀ। ਅਗਲਾ ਸ਼ਬਦ ਹੈ ਜੀ ਫੁੱਟ। ਰਜਿੰਦਰ ਦਾ ਕੱਦ 5 ਫੁੱਟ 7 ਇੰਚ ਹੈ। ਦੂਜਾ ਪੁਆਇੰਟ ਜੀ, ਫੁੱਟ, ਕੱਕੜੀ ਅਤੇ ਖਰਬੂਜਾ ਇੱਕ ਹੀ ਭਾਂਤ ਦੇ ਫਲ ਹਨ। ਤੀਜਾ ਪੁਆਇੰਟ ਜੀ, ਕਪਾਹ ਦੇ ਫੁੱਟ ਅਤੇ ਦਹੀਂ ਦੇ ਫੁੱਟ ਚਿੱਟੇ ਰੰਗ ਦੀਆਂ ਚੰਗੀਆਂ ਉਦਾਹਰਨਾਂ ਹਨ। ਚੌਥਾ ਪੁਆਇੰਟ ਜੀ, ਰਾਜਿਆਂ ਦੀ ਫੁੱਟ ਕਾਰਨ ਭਾਰਤ ਨੂੰ ਗੁਲਾਮ ਹੋਣਾ ਪਿਆ। ਪੰਜਵਾਂ ਪੁਆਇੰਟ ਜੀ, ਧੀ ਨੂੰ ਵਿਦਾ ਕਰਕੇ ਪਿਤਾ ਫੁੱਟ ਫੁੱਟ ਕੇ ਰੋਇਆ। ਅਗਲਾ ਸ਼ਬਦ ਹੈ ਜੀ ਫੁੱਲ। ਚੰਡੀਗੜ੍ਹ ਦੀਆਂ ਸੜਕਾਂ ਕਿਨਾਰੇ ਵੰਨ ਸੁਵੰਨੇ ਫੁੱਲ ਬੂਟੇ ਹਨ। ਦੂਜਾ ਪੁਆਇੰਟ ਜੀ, ਸੋਹਣ ਆਪਣੇ ਦਾਦਾ ਜੀ ਦੇ ਫੁੱਲ ਹਰਿਦੁਆਰ ਪਾ ਕੇ ਆਇਆ। ਤੀਜਾ ਪੁਆਇੰਟ, ਲੰਮੀ ਦੌੜ ਤੋਂ ਬਾਅਦ ਅਥਲੀਟ ਦਾ ਸਾਹ ਫੁੱਲ ਗਿਆ। ਚੌਥਾ ਪੁਆਇੰਟ ਜੀ, ਆਪਣੇ ਵੀਰ ਨਾਲ ਦੁੱਖ ਸੁੱਖ ਦੀਆਂ ਗੱਲਾਂ ਕਰਕੇ ਭੈਣ ਦਾ ਮਨ ਹੋਲਾ ਫੁੱਲ ਹੋ ਗਿਆ। ਅਗਲਾ ਸ਼ਬਦ ਹੈ ਜੀ ਬੋਲੀ। ਮੰਡੀ ਵਿੱਚ ਸਵੇਰੇ ਬੋਲੀ ਲੱਗਦੀ ਹੈ। ਦੂਜਾ ਪੁਆਇੰਟ ਜੀ, ਪੰਜਾਬੀ ਸਾਡੀ ਮਾਂ ਬੋਲੀ ਹੈ। ਤੀਜਾ ਜੀ, ਗਿੱਧੇ ਵਿੱਚ ਕੁੜੀਆਂ ਬੋਲੀ ਪਾ ਕੇ ਖੂਬ ਨੱਚੀਆਂ। ਚੌਥਾ ਜੀ, ਝਗੜਾ ਹੋਣ ਪਿੱਛੋਂ ਬਲਦੀਪ ਨੇ ਕੁਲਦੀਪ ਨੂੰ ਬਹੁਤ ਬੁਲਾਇਆ ਪਰ ਉਹ ਇੱਕ ਵਾਰ ਵੀ ਨਾ ਬੋਲੀ। ਪੰਜਵਾਂ ਜੀ, ਚੰਗਾ ਬੰਦਾ ਕਿਸੇ ਦੀ ਮਾੜੀ ਆਦਤ ਜਾਣਦੇ ਹੋਏ ਵੀ ਉਸਨੂੰ ਬੋਲੀ ਨਹੀਂ ਮਾਰਦਾ। ਅਗਲਾ ਸ਼ਬਦ ਹੈ ਜੀ ਪਰ।
ਅਨੇਕਾਂ ਦੇਸ਼ ਭਗਤ ਪਰਜਵਾਨੀ ਵਿੱਚ ਸ਼ਹੀਦ ਹੋ ਗਏ। ਦੂਜਾ ਪੁਆਇੰਟ ਜੀ, ਮੈਂ ਚਿੱਤਰ ਵਿੱਚ ਵਧੀਆ ਰੰਗ ਭਰ ਦਿੱਤੇ। ਤੀਜਾ ਪੁਆਇੰਟ ਜੀ, ਸ਼ਹੀਦੀ ਜੋੜ ਮੇਲਾ ਪਹਿਲੇ ਦਿਨ ਵੀ ਖੂਬ ਭਰਿਆ। ਚੌਥਾ ਪੁਆਇੰਟ ਜੀ, ਧੀ ਦਾ ਦੁੱਖ ਸੁਣ ਕੇ ਮਾਂ ਦਾ ਮਨ ਭਰ ਆਇਆ। ਪੰਜਵਾਂ ਜੀ, ਸਮਾਂ ਪਾ ਕੇ ਜ਼ਖਮ ਭਰ ਜਾਵੇਗਾ। ਅਗਲਾ ਸ਼ਬਦ ਹੈ ਜੀ ਲੜ। ਬੱਚੇ ਨਿੱਕੀ ਨਿੱਕੀ ਗੱਲ ਤੋਂ ਲੜ ਪੈਂਦੇ ਹਨ, ਪਰ ਮਨ ਮਨਾਈ ਹੋਣ ਵਿੱਚ ਵੀ ਦੇਰ ਨਹੀਂ ਲੱਗਦੀ। ਦੂਜਾ ਜੀ, ਉਸਦੇ ਪ੍ਰਿੰਡ ਲੜ ਗਈ ਹੈ। ਤੀਜਾ ਪੁਆਇੰਟ ਜੀ, ਪਰਮਾਤਮਾ ਦੇ ਲੜ ਲੱਗੋ, ਉਹ ਹੀ ਤੁਹਾਡਾ ਸਾਥ ਦੇਵੇਗਾ, ਕਥਾ ਕਰ ਰਹੇ ਗਿਆਨੀ ਜੀ ਨੇ ਕਿਹਾ। ਚੌਥਾ ਪੁਆਇੰਟ ਹੈ ਜੀ, ਪੱਗ ਦਾ ਲੜ ਛੋਟਾ ਰਹਿ ਗਿਆ ਹੈ। ਅਗਲਾ ਸ਼ਬਦ ਹੈ ਜੀ ਲਾਵਾਂ। ਵਿਆਹ ਵੇਲੇ ਜੋੜੇ ਨੇ ਲਾਵਾਂ ਲਈਆਂ। ਦੂਜਾ ਪੁਆਇੰਟ ਜੀ, ਤਕੜੀ ਦੀਆਂ ਲਾਵਾਂ ਟੁੱਟ ਗਈਆਂ ਹਨ, ਇਸ ਕਰਕੇ ਇਸ ਨਾਲ ਤੋਲਿਆ ਨਹੀਂ ਜਾ ਸਕਦਾ। ਤੀਜਾ ਪੁਆਇੰਟ ਜੀ, ਹੋੜੇ ਅਤੇ ਕਨੋੜੇ ਵਾਂਗ ਲਾਵਾਂ ਵੀ ਅੱਖਰ ਦੇ ਉੱਤੇ ਲੱਗਦੀ ਹੈ। ਅਗਲਾ ਸ਼ਬਦ ਹੈ ਜੀ ਵੱਟ। ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਵੱਟ ਹੋਰ ਵੀ ਵੱਧ ਗਿਆ ਹੈ। ਦੂਜਾ ਪੁਆਇੰਟ ਜੀ, ਕਿਸਾਨ ਖੇਤ ਦੀ ਵੱਟ ਠੀਕ ਕਰ ਰਿਹਾ ਹੈ। ਤੀਜਾ ਜੀ, ਉਹ ਰੱਸੀ ਨੂੰ ਵੱਟ ਦੇ ਰਿਹਾ ਹੈ। ਚੌਥਾ ਪੁਆਇੰਟ ਜੀ, ਕੱਲ੍ਹ ਤੋਂ ਮੇਰੇ ਪੇਟ ਵਿੱਚ ਕੜੀ ਮੁੜੀ ਵੱਟ ਉੱਠ ਰਿਹਾ ਹੈ। ਪੰਜਵਾਂ ਪੁਆਇੰਟ ਜੀ, ਸੂਟ ਵਿੱਚ ਵੱਟ ਪੈ ਗਏ ਹਨ, ਪ੍ਰੈਸ ਕਰ ਲਓ। ਛੇਵਾਂ ਪੁਆਇੰਟ ਜੀ, ਕੁੜੀ ਨੇ ਪੱਦਾ ਮਖੌਲ ਕਰਨ ਵਾਲੇ ਮੁੰਡੇ ਨੂੰ ਵੱਟ ਕੇ ਚਪੇੜ ਮਾਰੀ। ਅਗਲਾ ਸ਼ਬਦ ਹੈ ਜੀ ਵਾਹ। ਖੇਤੀ ਸੰਬੰਧੀ ਕਦੇ ਇਹ ਖਾਉਂਦ ਪ੍ਰਸਿੱਧ ਰਹੀ ਹੈ ਕਿ ਦੱਬ ਕੇ ਵਾਹ ਅਤੇ ਰੱਜ ਕੇ ਖਾ। ਸਕੂਲ ਦਾ ਵਧੀਆ ਨਤੀਜਾ ਆਉਣ ਉੱਤੇ ਪਿੰਡ ਵਾਲੇ ਵਾਹ ਵਾਹ ਕਰ ਉੱਠੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਆ ਜੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ। ਧੰਨਵਾਦ ਜੀ।